ਸ੍ਰੀ ਗੱਲ ਜੀ ਮੈਂ ਮਨਪ੍ਰੀਤ ਕਰਨ ਦਿਵਾਲ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਰਾਏਪੁਰ ਵਿਖੇ ਅੱਜ ਅਸੀਂ ਜਿਹੜੇ ਘਰ ਪਹੁੰਚੇ ਹੋਏ ਹਾਂ ਇਹਨਾਂ ਦਾ ਜਿਹੜਾ ਬੇਟਾ ਹੈ ਕਾਫੀ ਲੰਬੇ ਸਮੇਂ ਤੋਂ ਬਿਮਾਰ ਹੈ ਤੇ ਘਰ ਦੀ ਜਿਹੜੇ ਇਹਨਾਂ ਦੇ ਹਾਲਾਤ ਉਹ ਵੀ ਠੀਕ ਨਹੀਂ ਹੈਗੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਵੀ ਇਹਨਾਂ ਦੀ ਸਮੱਸਿਆ ਹੈ ਕੀ ਸ੍ਰੀ ਗੱਲ ਜੀ ਸ੍ਰੀ ਗੱਲ ਕੀ ਪ੍ਰੋਬਲਮ ਕੀ ਹੈ ਤੁਹਾਡੇ ਬੇਟੇ ਨੂੰ ਕਿੰਨੇ ਸਮੇਂ ਤੋਂ ਮਤਲਬ ਇਹਨਾਂ ਦੀ ਬਿਮਾਰ ਚੱਲੇ ਆ ਰਹੇ ਨੇ ਇਹ ਤਾਂ 15 20 ਸਾਲ ਹੋ ਗਏ ਕੀ ਸਮੱਸਿਆ ਹੈਗੀ ਜੀ ਇਹਨੂੰ ਪੈਰ ਤੇ ਸਮੱਸਿਆ ਹੋਇਆ ਜੀ ਪਹਿਲਾਂ ਜਿਹੜੇ ਵਿਆਹ ਸੀਗੀ ਜ ਪਾਇਰ ਤੇ ਜੀ ਪਰਦਾ ਸੀ 8ਵੀਂ ਚ ਉਦੋਂ ਬਾਅਦ ਇਹ ਪਰਦਾ ਰੇ ਸਾਡੇ ਨਾਲ ਕੰਮਦਾਰਾਂ ਦਾ ਵੀ ਕਰਾਉਂਦੇ ਜਿਹੜੇ ਢੱਪਾ ਕਰਦੇ ਰੇ ਸੀ ਰਲ ਮੱਕੇ ਤੇ 8 ਜੀ ਪਰਦਾ ਸੀਗਾ ਜੀ ਤੇ ਉਹਦੇ ਨਾਲ ਸਮੱਸਿਆ ਨਾਲ ਇਹਦਾ ਜੀ ਬੰਨੋਂ ਹਟ ਗਿਆ ਤੇ ਨਾਈ ਜੀ ਲੱਤੇ ਪਾਕ ਪੈ ਗਈ ਬਾੜੀ ਉਦੋਂ ਵਾਰੀ ਹੌਲੀ 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 ਤੇ ਅਸੀਂ ਬਹੁਤ ਹੀ ਪ੍ਰੇਸ਼ਨ ਕਰਾਈ ਚੰਡੀਗੜ੍ਹ ਪੇਸ਼ ਕਰਾਇਆ ਫਿਰ ਇਹਨੂੰ ਬਸ਼ੰਡੇ ਦਵਾਈ ਖਵਾਈ ਉੱਤੇ-ਉੱਤੇ ਜਿੱਥੇ ਇਹਨੂੰ ਦਵਾਈ ਨਹੀਂ ਖਵਾਈ ਹਾਂ ਉਦੋਂ ਬਾਅਦ ਜੀ ਹੌਲੀ ਹੌਲੀ ਸਾਨੂੰ ਦੱਸ ਪੈ ਗਈ ਤੇ ਉੱਥੇ ਲੈ ਗਈ ਜੀ ਜਿਹੜਾ ਤੁਸੀਂ ਸੰਸਥਾ ਦਾ ਨਾਮ ਮਨਕਤਾ ਦੀ ਸੇਵਾ ਸੀ ਉੱਤ ਸੇਵਾ ਜੀ ਉੱਥੇ ਜੀ ਉਹਨੂੰ ਲੈ ਗਏ ਉੱਥੇ ਕਹਿੰਦੇ ਜੀ ਇਹਦੀ ਲੱਤ ਕੱਟੀ ਜਾਵੇ ਤਾਂ ਠੀਕ ਹੋ ਜੀ ਨਹੀਂ ਠੀਕ ਨਹੀਂ ਹੁੰਦਾ ਉੱਥੇ ਸਾਨੂੰ ਪੁੱਛ ਕੇ ਇਹਦੀ ਲੱਤ ਕੱਟੀ ਗਈ ਲੱਤ ਕੱਟ ਕੇ ਤੇ ਹੌਲੀ ਹੌਲੀ ਲੱਤ ਠੀਕ ਹੋ ਗਈ ਉਹ ਤਾਂ ਜਦੋਂ ਲੱਤ ਲਾਉਣ ਦੇ ਆਗੇ ਜੀ ਡਿੱਗ ਪੈ ਦੂਜੀ ਲੱਤ ਟੁੱਟ ਗਈ ਤੇ ਉਦੋਂ ਬਾਅਦ ਜੀ ਜੋ ਮੜਾ ਹੁਣ ਠੀਕ ਹੋਇਆ ਜੀ ਹੁਣ ਗੁਰਦੇ ਦੀ ਫਲੋਰਿੰਗ ਹੋ ਗਈ ਪਰੀشانی ਹੋ ਗਈ ਜੁਰਮ ਦਵਾਈਆਂ ਕੱਕ ਹੋ ਗਈ ਤੇ ਉਹ ਜੀ ਤੁਹਾਨੂੰ ਦਵਾਈਆਂ ਖਾਈ ਗਈ ਛੋਟਾ ਸੀ ਜਦੋਂ ਦਵਾਈ ਖਾਉਂਦੇ ਸੀਗੇ ਦਵਾਈਆਂ ਜਿਹਨੂੰ ਸਮੱਸਿਆ ਵੱਧ ਗਈ ਤੇ ਇਹਦੇ ਗੁਰਦੇ ਤੇ ਅਸਰ ਹੋਗਾ ਜੀ ਹੁਣ ਗੁਰਦੇ ਖਤਮ ਹੋ ਗਏ ਜੀ ਠੀਕ ਆ ਹੁਣ ਇਹਨਾਂ ਨੂੰ ਮਤਲਬ ਗੁਰਦੇ ਗੁਰਦੇ ਪਾਉਣੇ ਪੈਣਗੇ ਹਾਂ ਜੀ ਗੁਰਦੇ ਪਾਉਣੇ ਪੈਣਗੇ ਹੁੰਦਾ ਹੁਣ ਆ ਜੀ 250 ਹੁੰਦੇ ਉਹ 2.5 ਸਾਲ ਜੀ ਹਾਂ ਜੀ ਹੁਣ ਫਿਰ ਅਸੀਂ ਆਖੇ ਸਾਡਾ ਗੁਰਦਾ ਪਾ ਦਿਓ ਕਹਿੰਦਾ ਛੋਟਾ ਗੁਰਦਾ ਜੀ ਮੈਂਦਾ ਕੋਈ ਹੋਰ ਗੁਰਦਾ ਹੁਣ ਸਾਡੇ ਕੋਈ ਦੇ ਨਾਲ ਗੁਰਦਾ ਹੈ ਨਹੀਂ ਜੀ ਕਿੱਥੋਂ ਦੀ ਇਹ ਗੁਰਦਾ ਪਹਿਲਾਂ ਤੁਰੇ ਫਿਰ ਦੇ 100 ਰੁਪਏ ਕਮਾਉਂਦੇ ਸੀ ਲਾਈ ਜਾਂਦੇ ਸੀ ਕਮਾਈਆਂ ਦੇ ਲਾਈ ਜਾਂਦੇ ਸੀ ਹੁਣ ਕਮਾਈ ਖਤਮ ਹੋ ਗਈ ਜੀ ਬਹਿ ਗਏ ਮੰਜੇ 'ਚ ਹਾਂ ਅੱਖਾਂ ਦੋਨਾਂ ਦੇ ਆਪਰੇਸ਼ਨ ਹੋਏ ਨੇ ਤੇ ਗੋਡੇ ਦਾ ਆਪਰੇਸ਼ਨ ਹੋਇਆ ਤੇ ਹੁਣ ਪਰੇਸ਼ਾਨੀ ਬਹੁਤ ਹੈ ਜੀ ਤੇ ਜਿੱਥੇ ਇਹਨਾਂ ਦੇ ਜਿਹੜੇ ਟ੍ਰੀਟਮੈਂਟ ਚੱਲ ਰਿਹਾ ਜਿੱਥੇ ਇਹਨਾਂ ਦੇ ਇਲਾਜ ਹੋ ਰਿਹਾ ਹੈਗਾ ਮੁੱਤਜ਼ਾ ਦੀ ਸੇਵਾ ਸੰਸਥਾ ਦੇ ਵਿੱਚ ਤੇ ਉੱਥੇ ਨਾ ਟ੍ਰੀਟਮੈਂਟ ਹੋਣ ਕਿਵੇਂ ਚੱਲ ਰਿਹਾ ਉੱਥੇ ਜੇ ਤਾਂ ਕਹਿੰਦੇ ਵੀ ਸਾਨੂੰ ਕੋਈ ਗੁਰਦਾ ਦਿੰਦਾ ਨਹੀਂ ਮਤਲਬ ਦੇਖ ਪਾਲ ਸਹੀ ਕਰ ਦੇ ਹਾਂ ਦੇਖ ਪਰ ਸੁਭਾਈ ਬਹੁਤ ਹੈ ਜੀ ਹਾਂ ਸਮਾਈ ਪੂਰੀ ਹੈ ਦੀ ਤੇ ਹੁਣ ਜੀ ਇਹਦਾ ਕੋਈ ਗੁਰਦੇ ਦਾ ਜੀ ਕੋਈ ਮਿਰਜੇ ਜੀ ਇਹਦੇ ਗੁਰਦਾ ਪੈ ਜੀ ਮੇਰੇ ਬੱਚੇ ਦੇ ਇਹ ਠੀਕ ਹੋ ਜੇ ਬਾਕੀ ਸਿਰ ਅੱਗੇ ਜਿਹੜੀ ਸੀ ਕਮਾਈ ਕਰਦੇ ਸੀ ਉਹ ਸਾਡੀ ਕਮਾਈ ਖਤਮ ਹੋ ਗਈ ਅਸੀਂ ਵੀ ਮੰਜੇ 'ਚ ਬੈਠੇ ਆ ਜੀ ਸਾਨੂੰ ਕੋਈ ਸਹਤਾ ਹੋ ਜੇ ਪਹਿਲਾਂ ਤਾਂ ਜੀ ਮੈਨੂੰ ਲੱਤ ਦੀ ਪ੍ਰੋਬਲਮ ਸੀ ਹਾਂਜੀ ਅੱਡੀ ਦੇ ਵਿੱਚ ਜ਼ਖਮ ਸੀਗਾ ਜੀ ਤੇ ਉਸ ਤੋਂ ਬਾਅਦ ਫਿਰ ਉਹ ਡਾਕਟਰ ਬੋਲੇ ਵੀ ਕੱਟਣੀ ਪਣੀ ਹੈ ਪਹਿਲਾਂ ਕੁਝ ਦਿਨ ਪਟੀਆਂ ਕਰਦੇ ਰਹੇ ਵੀ ਠੀਕ ਹੋ ਜੀ ਕਿੰਨੇ ਟਾਈਮ ਤੋਂ ਇਹ ਦਿੱਕਤ ਨੂੰ ਦੇਖਿਆ ਤਾਂ ਮੈਨੂੰ 17-18 ਸਾਲ ਹੋ ਗਈ ਜੀ ਤੇ ਤਨ ਸਾਲ ਹੋ ਕੇ ਮੈਨੂੰ ਉੱਥੇ ਗਏ ਨੂੰ ਜੀ ਮਨੁੱਖਤਾ ਦੀ ਸੇਵਾ ਤੋਂ ਸਭ ਤੋਂ ਵੱਡਾ ਸੀ ਉੱਥੇ ਗਏ ਸੀ ਉੱਥੇ ਪਹਿਲੇ ਜ਼ਖਮ ਜੋ ਦਿਖਾਇਆ ਉਹਨਾਂ ਨੂੰ ਉਹ ਕਹਿੰਦੇ ਜੀ ਉਸ ਦਿਨ ਪੱਟੀਆਂ ਕਰਦੇ ਰਹੇ ਤੇ 6-7 ਦਿਨ ਪੱਟੀਆਂ ਕਰਦੇ ਰਹੇ ਫਿਰ ਪੱਟੀਆਂ ਕਰਕੇ ਜ਼ਖਮ ਨੇ ਲਾਲੀ ਨਹੀਂ ਦਿੱਤੀ ਜੀ ਤੇ ਫਿਰ ਉਹ ਬੋਲੇ ਕਹਿੰਦੇ ਕੱਟਣਾ ਪੈਣਾ ਪੈ ਜੀ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਵੀ ਆਪਦੇ ਮਾਪਿਆਂ ਨੂੰ ਬੁਲਾ ਲਓ ਵੀ ਉਸ ਵੀ ਸੈਂਸ ਨੂੰ ਕਰਾ ਕੇ ਬਣਾਉ ਨਾ ਕੋਸ-ਕਾਸ ਕੇ ਫਿਰ ਲੱਤ ਕੱਟਣੀ ਪਊਗੀ ਉਹ ਨਹੀਂ ਇਸ ਕੱਟ ਸਕਦੇ ਫਿਰ ਇਹ ਮਾਤਾ ਗਈ ਜੀ ਮੇਰੀ ਫਿਰ ਉਹ ਵੇ ਬੜੀ ਕਰੀ ਉਹਨਾਂ ਨੇ ਕੱਟਦੀ ਲੱਤ ਤੇ ਹੁਣ ਲੱਤ ਠੀਕ ਹੈ ਬਿਲਕੁਲ ਹਾਂ ਲੱਤ ਠੀਕ ਹੈ ਜੀ ਸਭ ਕੁਝ ਠੀਕ ਹੈ ਜੀ ਤੇ ਉਹ ਨੁਕਤਾ ਦੀ ਸੇਵਾ ਸੰਸਥਾ ਦੇ ਵਿੱਚ ਤੁਹਾਡਾ ਇਲਾਜ ਚੱਲ ਰਿਹਾ ਹੈ ਤੇ ਉੱਥੇ ਤੁਹਾਡਾ ਸੰਪਰਕ ਕਿਵੇਂ ਹੋਇਆ ਉੱਥੋਂ ਮੇਰੇ ਚਾਚਾ ਲੈ ਕੇ ਗਿਆ ਸੀ ਸਿਰ ਨੂੰ ਬਹੁਤ ਹੋ ਰਹਿੰਦਾਗਾ ਉਹ ਲੈ ਕੇ ਗਿਆ ਸੀ ਉਹਨੇ ਉਹਨੂੰ ਕਹਾ ਉਹਨੇ ਵੀ ਜਾਣ ਪਛਾਣ ਸੀਗੀ ਗਾਂਹ ਦੀਆਂ ਇਲਾਜ ਚੱਲਦਾ ਸੀ ਕਿਸੇ ਦਾ ਉੱਥੋਂ ਬਹੁਤ ਤੇ ਉਹ ਲੈ ਕੇ ਗਿਆ ਸੀ ਸਾਨੂੰ ਇੱਥੋਂ ਕਿਵੇਂ ਸੰਭਾਲ ਕਰਦੇ ਨੇ ਤੁਹਾਡੀ ਹਾਂ ਬਹੁਤ ਵਧੀਆ ਕਰਦੇ ਆ ਜੀ ਸਰਗੋਸਕਾਨ ਪਰ ਫਰ ਪਲੂਟ ਦੁੱਧ ਘਿਓ ਲਈ ਉੱਤੇ ਰੋਟੀ ਉੱਤੇ ਸਭ ਕੁਝ ਬਹੁਤ ਵਧੀਆ ਦਿੰਦੇ ਨੇ ਲਈ ਰੋਟੀ ਹੋਰ ਵੀ ਮਤਲਬ ਉੱਥੇ ਲੋਕ ਹੁੰਦੇ ਹਾਂ ਜੀ 2-300 ਬੰਦੇ ਹੈਗੇ ਜੀ ਉੱਥੇ ਤੇ ਫਿਲਹਾਲ ਤੁਹਾਨੂੰ ਹੁਣ ਕੀ ਪ੍ਰੋਬਲਮ ਹੈ ਹੁਣ ਮੈਨੂੰ ਗੁਰਦਿਆਂ ਦੀ ਪ੍ਰੋਬਲਮ ਹੈ ਜਿਆਦਾ ਤਾਂ ਜੀ ਇਹ ਕਿਦਾਂ ਹੋਈ ਜੀ ਜਹੀ ਦਵਾਈ ਨਾ ਜਿਆਦਾ ਦਵਾਈਆਂ ਦਾ ਹਾਂ ਜੀ ਜਿਆਦਾ ਖਾਈਗੇ ਉਹਨਾਂ ਨਾਲ ਕਰਕੇ ਹੋਈ ਹਾਂ ਜੀ ਹਾਂ ਇਹ ਉਹਨੋਂ ਬੋਲਦੇ ਆ ਜੀ ਵੀ ਗੁਰਦੇ ਦਾ ਰੀਜਰਵੈਂਟ ਕਰ ਲੋ ਅਸੀਂ ਪਵਾ ਦੇਵਾਂਗੇ ਜੀ ਜੀ ਤੇ ਗੁਰਦਾ ਚਾਹੀਦਾ ਹੈਗਾ ਤੇ ਭਵਾਓ ਦੇਣਗੇ ਹਾਂ ਭਵਾ ਦੇਣਗੇ ਕਹਿੰਦੇ ਗੁਰਦਾ ਚਾਹੀਦਾ ਜੀ ਤੇ ਨਹੀਂ ਕਹਿੰਦੇ ਚੰਡੀਗੜ੍ਹ ਜਾਇਓ ਉੱਥੇ ਲਿਖਿਆ ਦਿਓ ਉੱਥੋਂ ਗੁਰਦਾ ਮਿਲ ਜੂ ਤੁਹਾਨੂੰ ਸਭ ਤੋਂ ਪਹਿਲਾਂ ਵੀਡੀਓ ਦੇਖ ਰਹੇ ਸਾਰਿਆਂ ਨੂੰ ਮੈਂ ਫਤਿਹ ਦੀ ਸੱਚਪਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਦੇਖਿਆ ਸੀ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੇ ਵਿੱਚ ਖੜੇ ਆਂ ਪੂਰੇ ਪਰਿਵਾਰ ਦੀ ਸਥਿਤੀ ਤੁਸੀਂ ਜਾਣ ਚੁੱਕੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਆਪਣੇ ਪਿੰਡ ਵੱਲੋਂ ਵੀਰ ਗੁਰਪ੍ਰੀਤ ਸਿੰਘ ਮਿੰਟੂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਕਿ ਮਨੁੱਖਤਰੀ ਸੇਵਾ ਸੰਸਥਾ ਚਲਾ ਰਹੇ ਨੇ ਤੇ ਸਾਡੇ ਪਿੰਡ ਦੇ ਇਸ ਵਸਨੀਕ ਵੀਰ ਦੀ ਬੜੀ ਇਹਨਾਂ ਨੇ ਦੇਖਭਾਲ ਕੀਤੀ ਸ਼ੁਰੂ ਤੋਂ ਲੈ ਕੇ 3 ਸਾਲ ਤੋਂ ਮੇਰਾ ਖਿਆਲ ਉੱਥੇ ਇਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਤਾਂ ਬਹੁਤ ਜਿੱਦਾਂ ਕਿ ਇੱਕ ਪਰਿਵਾਰ ਦੇ ਵਿੱਚ ਮਾਹੌਲ ਹੁੰਦਾ ਬਿਲਕੁਲ ਉਸ ਤਰ੍ਹਾਂ ਦਾ ਉੱਥੇ ਮਾਹੌਲ ਬਣਿਆ ਹੋਇਆ ਸਿਰਫ ਇਹੀ ਨਹੀਂ ਕਰੀਬ 2.300 ਦੇ ਕਰੀਬ ਜਿਦਾ ਕਿ ਇਹਨਾਂ ਨੇ ਦੱਸਿਆ ਕਿ ਉੱਥੇ ਪੇਸ਼ੈਂਟ ਹੋਰ ਵੀ ਨੇ ਬਹੁਤ ਵਧੀਆ ਸੰਭਾਲ ਕਰ ਰਹੇ ਨੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਬਾਕੀ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਹੁਣ ਗੁਰਦੇ ਦੀ ਜ਼ਰੂਰਤ ਹੈ ਜਿਹੜਾ ਟ੍ਰੀਟਮੈਂਟ ਦੀ ਜ਼ਿੰਮੇਵਾਰੀ ਵੀ ਗੁਰਪ੍ਰੀਤ ਧੋਰਾਣੇ ਲੈ ਰੱਖੀ ਆ ਪਰ ਕੀ ਆ ਹੁਣ ਵੀ ਗੁਰਦੇ ਦਾ ਅਰੇਂਜ ਨਹੀਂ ਹੋ ਰਿਹਾ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਸੀਗੇ ਉਹ ਆ ਖੁਦ ਵੀ ਮਤਲਬ ਜਿਆਦਾ ਬਜ਼ੁਰਗ ਹੋ ਚੁੱਕੇ ਨੇ ਉਹ ਯੋਗ ਨਹੀਂ ਹੈਗਾ ਉਹਨਾਂ ਦਾ ਗੁਰਦਾ ਜਿਹੜਾ ਇਹਨਾਂ ਦੇ ਪਾ ਸਕੇ ਬਾਕੀ ਜਿਹੜੀ ਇੱਕ ਗੱਲ ਟ੍ਰੀਟਮੈਂਟ ਤਾਂ ਚਲੋ ਹੋ ਜਾਊਗਾ ਜਿਵੇਂ ਮੁਰਖਤਰੀ ਸੇ ਪਾਰੇਕ ਅਪੀਲ ਹੈ ਤੇ ਮੇਰੀ ਬੇਨਤੀ ਹੈ ਕਿ ਜਿਹੜੇ ਪਰਿਵਾਰ ਦੀ ਸਥਿਤੀ ਬਹੁਤ ਕਮਜ਼ੋਰ ਹੋ ਗਈ ਕਿਉਂਕਿ ਇਹਨਾਂ ਦਾ ਨੌਜਵਾਨ ਬੱਚਾ ਦੀ ਲੱਤ ਕੱਟੀ ਗਈ ਹੈ ਤੇ ਹੁਣ ਵੀ ਬਿਮਾਰ ਆ ਉਹ ਤਾਂ ਬਿਲਕੁਲ ਕੋਈ ਕਮਾਈ ਦਾ ਸਾਧਨ ਹੈ ਹੀ ਨਹੀਂ ਕੁਝ ਕਰ ਨਹੀਂ ਸਕਦੇ ਬਾਪੂ ਹੀ ਆਪ ਬਜ਼ੁਰਗ ਹੋ ਗਏ ਮਾਤਾ ਜੀ ਆਪ ਇਹਨਾਂ ਦੋਵਾਂ ਦੇ ਅੱਖਾਂ ਦੇ ਆਪਰੇਸ਼ਨ ਹੋਏ ਹੋਏ ਨੇ ਤਾਂ ਬੜੀ ਜਿਹੜੀ ਲਾਜ਼ਾਰ ਜੀ ਸਥਿਤੀ ਬਣੀ ਹੋਈ ਹੈ ਮੈਂ ਫਿਰ ਹੱਥ ਜੋੜ ਕੇ ਹੀ ਬੇਨਤੀ ਕਰਦਾ ਕਿ ਇਲਾਜ ਤਾਂ ਚਲੋ ਹੋ ਜੂਗਾ ਪਰ ਜਿਹੜੀ ਆਰਥਿਕ ਪੱਖੋਂ ਇਸ ਪਰਿਵਾਰ ਨੂੰ ਜਰੂਰ ਮਦਦ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਮੈਂ ਮਨਪ੍ਰੀਤ कौर ਦੰਦੀਵਾਲ ਆਪਣੇ ਵੱਲੋਂ ਇਹ ਅਪੀਲ ਕਰਦੀ ਹਾਂ ਕਿ ਇਸ ਪਰਿਵਾਰ ਦੀ ਬਦ ਤੋਂ ਬਦ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਘਰ ਦੇ ਹਾਲਾਤ ਵੀ ਠੀਕ ਹੋ ਸਕਣ ਤੇ ਇਹਨਾਂ ਦੇ ਜਿਹੜਾ ਬੱਚਾ ਉਹ ਵੀ ਠੀਕ ਹੋ ਸਕੇ ਧੰਨਵਾਦ